ਤੈਨੂੰ ਕੀ ਲੱਗਦਾ ਯਾਰ ਜਿਹੜਾ ਏਕੇ ਦਾ ਡਾਊਨਫਾਲ ਹੋਇਆ ਉਹ ਸਿਰਫ ਉਹ ਇੱਕ ਇੱਕ ਇੰਟਰਵਿਊ ਕਰਕੇ ਆ 30 ਰੁਪਏ ਦਾ ਨੈਟ ਪੈਗ ਵਾਲੀ ਇੰਟਰਵਿਊ ਹਾਂ ਜਿਹੜਾ ਘਰ ਬੈਠ ਕੇ ਜਿਹੜਾ ਵਿਹਲਾ ਜਿਹਨੇ 30 ਰੁਪਏ ਦਾ ਨੈਟ ਪੈਗ ਪਾਇਆ ਸੜਿਆ ਜਾ ਕਮੈਂਟ ਮਾਰਨ ਨੂੰ ਉਹਦਾ ਮੈਨੂੰ ਮੈਟਰ ਨਹੀਂ ਕਰਦਾ ਹੈਗਾ ਫਿਰ ਮੈਕੈਨਿਕ ਇੰਟਰਵਿਊ ਦੇਖ ਲਾ ਤੇ ਮੈਨੂੰ ਲੱਗਦਾ ਕਿ ਉਹ ਪ੍ਰਾਈਮ ਐਗਜ਼ੈਂਪਲ ਆਪਾਂ ਜਦੋਂ ਕਹਿੰਨੇ ਆ ਕਿ ਆਪਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਆਪਾਂ ਜੋ ਬੋਲਣਾ ਹਨ ਸਹੀ ਗੱਲ ਕਈ ਵਾਰੀ ਬੰਦੇ ਦਾ ਇੰਟੈਂਸ਼ਨ ਕੁਝ ਹੋ ਰਿਹਾ ਹੁੰਦਾ ਪਰ ਉਹ ਮੈਸੇਜ ਜਦੋਂ ਡਿਲੀਵਰ ਹੁੰਦਾ ਆਡੀ ਕਿ ਤੇ ਵੀ ਜਾਂਦਾ ਅੱਗੇ ਹਨਾ ਵੀਡੀਓ ਅੱਗੇ ਜਾਂਦੀ ਉਹ ਚੀਜ਼ ਦੀ ਤਾਂ ਕਈ ਵਾਰੀ ਬਹੁਤ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਹੋ ਜਾਂਦੀ ਚੀਜ਼ ਹੁਣ ਇਹਦੇ ਵਿੱਚ ਕਹਿਣਾ ਕਿਉਂਕਿ ਉਹ ਚੀਜ਼ ਕਿਸੇ ਹੋਰ ਥਰਡ ਪਰਸਨ ਨੇ ਬੋਲੀ ਵੀ ਆ ਹੁਣ ਇਹ ਕੇ ਨਾ ਪਰਸਨਲੀ ਨਹੀਂ ਜਾਂਦਾ ਹੁਣ ਆਪਾਂ ਨੂੰ ਨਹੀਂ ਪਤਾ ਉਹਦੇ ਦਿਮਾਗ 'ਚ ਉਸ ਟਾਈਮ ਕੀ ਚੱਲਦਾ ਸੀ ਜਦੋਂ ਬਾਈ ਨੇ ਕਿਹਾ ਸੀ ਪਰ ਜੇ ਆਪਾਂ ਵੀਡੀਓ ਦੇਖੀਏ ਇੰਟਰਵਿਊ ਦੇਖੀਏ ਬਾਈ ਬਹੁਤ ਅਗਰੈਸਿਵ ਸੀਗਾ ਤੇ ਆਪਾਂ ਡਿਫੈਂਡ ਨਹੀਂ ਕਰ ਸਕਦੇ ਉਹ ਚੀਜ਼ ਨੂੰ ਗਲਤ ਬੋਲਿਆ ਗਲਤ ਬੋਲਿਆ ਜਿਵੇਂ ਲੋਕਾਂ ਨੇ ਮੈਸੇਜ ਨੂੰ ਲਿਆ ਉਹੀ ਰਿਸਪਾਂਸ ਜਿਉ 2023 ਚ ਵੀਡੀਓ ਆਉਂਦੀ ਤਾਂ ਜ਼ਿਆਦਾ ਥੋੜਾ ਜਲੀਲ ਹੋਣਾ ਸੀ ਬਾਈ ਨੇ ਹਾਲੇ ਵੀ ਉਹਨਾਂ ਟਾਈਮਾਂ ਚ ਆਈ ਸੀ ਜਦੋਂ 3G ਨਵਾਂ ਨਵਾਂ ਸੀਗਾ ਤੇ ਮੈਨੂੰ ਲੱਗਦਾ ਕਿ ਉਹ ਚੀਜ਼ ਬਾਈ ਨੂੰ ਕਹਿਣੀ ਨਹੀਂ ਚਾਹੀਦੀ ਸੀ ਯਾ ਅਜ ਬਾਈ ਨੇ ਜਿਹੜੇ ਤਰੀਕੇ ਨਾਲ ਕਹੀ ਆ ਉਹ ਵੀ ਨਹੀਂ ਕਹਿਣੀ ਚਾਹੀਦੀ ਸੀ ਪਰ ਉਹ ਚੀਜ਼ ਨੇ ਬਾਈ ਦੇ ਕੈਰੀਅਰ ਤੇ ਅਸਰ ਬਹੁਤ ਪਾਇਆ ਪਰ ਉਹ ਗਲਤੀ ਏਕੇ ਦੀ ਪਹਿਲੀ ਗਲਤੀ ਥੋੜੀ ਕੋਈ ਏਕੇ ਪਹਿਲਾਂ 800 ਜੀ ਨੇ ਪਹਿਲਾਂ ਗਲਤੀ ਕੀਤੀ ਲੋਕਾਂ ਨੇ ਗਲਤੀਆਂ ਕੀਤੀਆਂ ਮਾਫੀਆਂ ਮੰਗੀਆਂ ਤੇ ਇੰਨਾ ਇਫੈਕਟ ਮੈਨੂੰ ਲੱਗਦਾ ਨਹੀਂ ਕਿਸੇ ਚੀਜ਼ ਤੇ ਹੋਰਾਂ ਲੋਕਾਂ ਤੇ ਇੰਨਾ ਪਿਆ ਤੇ ਪਰ ਵੀ ਏਕੇ ਨਾਲ ਥੋੜਾ ਲੋਕ ਜ਼ਿਆਦਾ ੱਤਕਾ ਕਰ ਗਏ ਉਦੋਂ ਮੇਰੇ ਹਿਸਾਬ ਨਾਲ ਵੀ ਲੋਕ ਤੈਨੂੰ ਲੱਗਦਾ ਕਿ ਬਾਈ ਦਾ ਜਿਹੜਾ ਕੈਰੀਅਰ ਆ ਡਾਊਨ ਸਿਰਫ ਉਸ ਇੰਟਰਵਿਊ ਕਰਕੇ ਉਹਸ ਇੰਟਰਵਿਊ ਕਰਕੇ ਨਹੀਂ ਪਰ ਵੀ ਉਹ 2016 ਜੇ ਇੰਟਰਵਿਊ ਆ ਸੀ 2017 ਤੋਂ ਗਾਣਾ ਇੱਕ ਬਸ ਟੋਰਾਂ ਉਸ ਰੱਬ ਤੇ ਗਾਣਾ ਜਿਹੜਾ ਆਇਆ ਸੀ ਉਸ ਤੋਂ ਬਾਅਦ ਬੰਦੇ ਦਾ ਮਨ ਲੱਗਦਾ ਕਿ ਤਨੇ ਕਿਤੇ ਵੀ ਉਹ ਦਿਮਾਗ ਤੇ ਚੀਜ਼ ਅਸਰ ਕਰ ਜਾਂਦੀ ਆ ਵੀ ਜਿਹੜਾ ਬੈਕਲੈਸ਼ ਮਿਲਣਾ ਜਾਂ ਜਿਹੜੀ ਬੰਦੇ ਦੀ ਹਾਈਪ ਕੱਟਨੀ ਤਾਂ ਅਗਲਾ ਜਦੋਂ ਗਾਣਾ ਸੁਣਨ ਲੱਗਾ ਅਗਲਾ ਕਹਿੰਦਾ ਯਾਰ ਆ ਤਾਂ ਉਹੀ ਬੰਦਾ ਜਿਹੜਾ ਸਾਨੂੰ ਹੀ ਮਾੜਾ ਬੋਲੀ ਜਾਂਦਾ ਨਾ ਵੀ ਅਸੀਂ 30 ਰੁਪਏ ਆਲੇ ਆ ਇਸ ਬੰਦੇ ਦੀ ਔਕਾਤ ਵੱਡੀ ਸਾਡੇ ਨਾਲ ਪਰ ਦੇਖ ਹੁਣ ਜੇ ਕਿਸੇ ਆਰਟਿਸਟ ਤਾਂ ਹੁਣ ਤੋਂ ਅੱਜ ਦੀ ਗੱਲ ਕਰ ਲਾ ਅੱਜ ਦੇ ਟਾਈਮ ਦੀ ਜੇ ਕਿਸ ਜਿਨੂੰ ਬਹੁਤ ਬੈਗਲੈਸ਼ ਮਿਲਦੀ ਹੈ ਲੋਕਾਂ ਤੋਂ ਬਹੁਤ ਹੇਟ ਕਰਦੇ ਲੋਕ ਉਹਨੂੰ ਕਿ ਆਹ ਬੰਦੇ ਨਾਲ ਹੀ ਕੀਤਾ ਜਿਹੜਾ ਪਰਸਨਲ ਜਾਣਦੇ ਆ ਉਹਦੇ ਤੇ ਮੈਨੂੰ ਲੱਗਦਾ ਨਹੀਂ ਗਾਣਿਆਂ ਨੂੰ ਲੈ ਕੇ ਆਰਟਿਸਟ ਨੂੰ ਲੈ ਕੇ ਕਿਸੇ ਨੂੰ ਪਰਸਨਲ ਜਾਣਨਾ ਚਾਹੀਦਾ ਆਪਾਂ ਜਿੰਨਾ ਟਾਈਮ ਕਿਸੇ ਨੂੰ ਪਰਸਨਲ ਹੀ ਜਾਣਦੇ ਨਹੀਂ ਆਪਾਂ ਉਹਦੇ ਨਾਲ ਪਰਸਨਲ ਨਹੀਂ ਹੋ ਸਕਦੇ ਗਾਣੇ 뮤జిਸ਼ੀਅਨ ਆਰਟਿਸਟ ਤੱਕ ਆਪਾਂ ਮਤਲਬ ਹੋਣਾ ਚਾਹੀਦਾ ਉਹਦੀ ਆਰਟ ਤੱਕ ਇਹ ਗਾਣੇ ਕਿਦਾਂ ਦੇ ਬਣਾਉਂਦਾ ਹਣ ਤੂੰ ਮੈਨੂੰ ਦੱਸ ਮੇਰਾ ਕੁਐਸਚਨ ਇਹ ਆ ਕਿ ਜੇ ਕੋਈ ਆਰਟਿਸਟ ਆ ਮੰਨ ਲਾ ਜਿਹੜਾ ਤੈਨੂੰ ਪਸੰਦ ਨਹੀਂ ਤੋ ਉਹਦੇ ਗਾਣੇ ਸੋਨੇ ਪਸੰਦ ਨਹੀਂ ਕਰੇਗਾ ਮੈਂ ਕਿਸਦਾ ਨਾਮ ਨਹੀਂ ਲੈਣਾ ਤੇ ਕੈਚੀ ਟਾਈਪ ਦੀ ਵਾਈਬ ਹੁੰਦੀ। ਤੋ ਕਿਤੇ ਸੁਣ ਲੈ ਤੋ ਰੀਲਸ ਤੇ ਸੁਣ ਲੈ ਕਿਤੇ ਸੁਣ ਲੈ ਹਣਾ। ਤੂੰ ਸਰਚ ਕਰਕੇ ਸੁਣੇਗਾ ਵੀ ਨਹੀਂ ਜਸਪੀਕਰਸ ਤੋ ਉਹ ਬੰਦੇ ਨੂੰ ਪਸੰਦ ਨਹੀਂ ਕਰਦਾ ਪਰਸਨਲੀ। ਹਾਂ ਥੋੜੀ ਹੁੰਦਾ ਹਾਂ ਤਾਂ ਬਸ ਗਾਣਾ ਸੁਣੀ ਸਕਦੇ। ਬਸ ਸੇਮ ਹੁਣ ਜਿੱਦਾਂ ਮੰਨਿਆ ਕਿ ਇਹ ਕਿਤੇ ਅਗੇਂਸਟ ਬਹੁਤ ਦੁਨੀਆ ਹੋ ਗਈ ਸੀ ਉਹਨਾਂ ਟਾਈਮਾਂ ਦੇ ਵਿੱਚ ਬਾਈ ਨੂੰ ਥੋੜਾ ਬਾਈ ਥੋੜਾ ਨਹੀਂ ਬਹੁਤ ਜ਼ਿਆਦਾ ਨਰਵਸ ਹੀ ਹੋ ਗਏ ਸੀ ਉਹ ਚੀਜ਼ ਕਰਕੇ ਹੁੰਦਾ ਆ ਜੋ ਕਿ ਨਾਰਮਲ ਗੱਲ ਆ ਪਰ ਮੈਨੂੰ ਲੱਗਦਾ ਕਿ ਬਾਈ ਤੋਂ ਆਪ ਤੋਂ ਕੁਆਲਿਟੀ ਮੇਨਟੇਨ ਨਹੀਂ ਹੋਈ। ਉਹ ਚੀਜ਼ ਹੋਣ ਤੋਂ ਬਾਅਦ ਤੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਬਾਈ ਕੋਈ ਪਹਿਲਾ ਆਰਟਿਸਟ ਨਹੀਂ ਹੈਗਾ ਜਿਹਦੇ ਨਾਲ ਆ ਚੀਜ਼ ਹੋਈ ਹੈ ਜਿਹਨੂੰ 네ਗੈਟਿਵਿਟੀ ਮਿਲੀ ਹੈ ਜਿਹਨੂੰ ਬੈਕਲੈਸ਼ ਮਿਲੀ ਹੈ ਲੋਕਾਂ ਤੋਂ ਤੇ ਜਿਨੇ ਲਾਈਕ ਕੰਸਿਸਟੈਂਟਲੀ ਡਿਲੀਵਰ ਨਹੀਂ ਕੀਤਾ ਹਣ ਕੰਸਿਸਟੈਂਟਲੀ ਤੋਂ ਮੈਂ ਕਹਿ ਰਿਹਾ ਕਿ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਕਈ ਬੰਦੇ ਹੈਗੇ ਆ ਜਿਨ੍ਹਾਂ ਦੀ ਲੇਗੇਸੀ ਬਹੁਤ ਵੱਡੀ ਆ 5 ਸਾਲ ਹੋਣ ਜੇ ਆਪਾਂ ਕਹਿ ਦਈਏ 5 ਸਾਲ ਬਾਈ ਪੀਕ ਤੇ ਸੀਗਾ ਪੂਰੇ ਤੇ ਹੁਣ ਜੇ ਆਪਾਂ 2014 15 ਚ ਕਿਸੇ ਬੱਚੇ ਨੂੰ ਪੁੱਛਦੇ ਕਿ ਬਈ ਤੇਰਾ ਫੇਵਰਿਟ ਆਰਟਿਸਟ ਸਾਰੇ ਨੇ ਇਹ ਕਿ ਬੱਚਿਆਂ ਨੂੰ ਕਿਉਂ ਵੱਡਿਆਂ ਨੂੰ ਵੀ ਪੁੱਛਦੇ ਵੀ ਅਗਲੇ ਨੇ ਇਹ ਕਿ ਦਾ ਨਾਮ ਹੈ ਹਰ ਕਿਸ ਨੇ ਕਹਣਾ ਏਕੇ 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 ਉਹ ਸੁਣ ਚ ਹੁਣ 2023 ਚ ਸੋਨ ਨੂੰ ਵੀਅਰਡ ਜਿਹਾ ਲੱਗਦਾ ਕਿ ਕੋਈ ਏਕੇ ਦਾ ਨਾਮ ਕਿਉਂ ਲਊਗਾ ਪਰ ਜਦੋਂ ਆਪਾਂ ਉਹ ਟਾਈਮ ਦੀ ਗੱਲ ਕਰੀਏ ਸਾਰੇ ਆਰਟਿਸਟ ਬਾਹਰ ਕੱਢਦੇ ਜਿਹੜੇ 2016 17 ਤੋਂ ਬਾਅਦ ਆਇਆ ਦੇਖ ਪਿੱਛੇ ਬਾਜਦਾ ਗਾਣਾ ਤੈਨੂੰ ਰੈਂਡਮ ਜੇ ਨਾਮ ਜਿਆਦਾ ਸੁਣਨ ਨੂੰ ਮਿਲਣਗੇ ਹੁਣ ਜੇ ਤੂੰ ਗੱਲ ਕਰ ਲੈ 2018 ਤੋਂ ਬਾਅਦ ਵਾਲਾ ਦਿਲਜੀਤ ਦਸਾਂਜ ਸਿੱਧੂ ਮੂਸੇ ਵਾਲਾ ਕਰਨੌਜਲਾ ਅਰਜੰਟਲੋਂ ਨਮਾਨ ਸਿੰਧੂ ਇਹ ਨਵੇਂ ਨਵੇਂ ਬੰਦੇ ਇਦਾਂ ਕਰਕੇ ਐਡ ਹੋਇਆ ਹੁਣ ਇੱਕ ਕੰਸਿਸਟੈਂਟਲੀ ਅੱਗੇ ਜਾਣਗੇ ਅਗਲੇ ਸਾਲਾਂ ਤੱਕ ਮੈਨੂੰ ਨਹੀਂ ਲੱਗਦਾ ਕਿ 2024-25 ਤੱਕ ਇਹ ਬੰਦੇ ਇਦਾਂ ਕਿ ਰੈਲੇਵੈਂਸ ਇਹਨਾਂ ਦੀ ਜਾਨ ਲੱਗੀ ਆ ਪਰ ਪਹਿਲਾਂ ਵਾਲੇ ਟਾਈਮਾਂ 'ਚ ਕੋਈ ਵੀ ਆਰਟਿਸਟ ਇੰਨਾ ਐਸਟੈਬਲਿਸ਼ ਨਹੀਂ ਸੀਗਾ ਕਿ ਐਕਸੈਪਟ ਅ ਫਿਊ ਥੋੜੀਆਂ ਐਕਸੈਪਸ਼ਨਸ ਸੀਗੀਆਂ ਤੇ ਇੰਨਾ ਸਟੈਬਲਿਸ਼ ਨਹੀਂ ਸੀਗਾ ਵੀ ਆਪਾਂ ਨੂੰ ਹਰ ਸਾਲ ਉਹ ਲਿਸਟ 'ਚ ਰੱਖੀ ਹੈ ਹਰ ਸਾਲ ਕਿਸਦਾ ਕੋਈ ਫੇਵਰਿਟ ਆਰਟਿਸਟ ਬਦਲ ਜਾਂਦਾ ਸੀ ਨਵੀਂ ਆਲਬਮ ਆਈ ਸ਼ਰੀਮਨ ਫੇਵਰਿਟ ਆ ਨਵੀਂ ਆਲਬਮ ਆਈ ਗਿੱਪੇ ਗਰੇ ਵਾਲਾ ਫੇਵਰਿਟ ਹੋ ਗਿਆ ਐਂ ਕਰਕੇ ਚੇਂਜ ਜ਼ਿਆਦਾ ਹੁੰਦੇ ਸੀਗੇ ਪਰ ਕਿਤਨੇ ਕਿਤੇ ਜੇ ਆਪਾਂ ਵੇਖਿਆ ਜਾਵੇ ਜਿਹੜਾ ਉਹ ਗਰੁੱਪ ਸੀਗਾ ਨਾ ਸੁਖੀ ਦਾ 뮤지컬 ਡਾਕਟਰਸ ਤੇ ਆਪਣਾ ਹੁੰਦਲ ਬਾਈ ਹਣਾ ਤੇ ਏਕੇ ਮੈਨੂੰ ਲੱਗਦਾ ਉਸ ਤੋਂ ਬਾਅਦ ਜਦੋਂ ਤਿੰਨੇ ਅੱਡ-ਅੱਡ ਹੋ ਗਏ ਨਾ ਤੇ ਸੁਖੀ ਮਿਊਜ਼ਿਕਲ ਡਾਕਟਰ ਸਿੱਧਰ ਪਾਸੇ ਨੂੰ ਜਾਵੜਿਆ ਇੱਕ ਵਾਰ ਦਾ ਅੱਡ ਜਾਵੜਿਆ ਨਾ ਮੈਨੂੰ ਦੋ ਚੀਜ਼ ਨੇ ਵੀ ਇਤਨਾ ਕਿਤੇ ਉਹ ਲੋਕ ਕੰਬੋ ਪਸੰਦ ਕਰਦੇ ਸੀ ਹੁਣ ਈਪੀ ਢਿੱਲੋਂ ਗੁਰਿੰਦਰ ਗਿੱਲ ਤੇ ਸ਼ੰਦੇ ਗਾਲੋਂ ਦਾ ਜਿਵੇਂ ਉਹੀ ਸੇਮ ਚੀਜ਼ ਹੋ ਰਹੀ ਹੈ ਜਦੋਂ ਤਿੰਨੇ ਇਕੱਠੇ ਆਉਣ ਜਿਸੇ ਗਾਣੇ ਚ ਉਹ ਗਾਣਾ ਹਟੇ ਜਾਂਦਾ ਤੇ ਜੇ ਇਕੱਲਾ ਇਕੱਲਾ ਭਲਾ ਗਾਣਾ ਸੋਹਣਾ ਹੀ ਆ ਜੇ ਇਕੱਲਾ ਇਕੱਲਾ ਆਉਂਦਾ ਅਗਲਾ ਅਗਲਾ ਕਹਿੰਦਾ ਯਾਰ ਨਾ ਹੁਣ ਹੋਣਾ ਚਾਹੀਦਾ ਸੀ ਹੁਣਦ ਨੂੰ ਹੋਣਾ ਚਾਹੀਦਾ ਸੁਖੀ ਨੂੰ ਹੋਣਾ ਚਾਹੀਦਾ ਕੋਈ ਗਲਾ ਦਾ ਚੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਯਾਰ ਜੇ ਹੁਣ ਬੈਂਡ ਆ ਮਤਲਬ ਹੁਣ ਆਪਾਂ ਹਾਲੀਵੁੱਡ ਚ ਵੀ ਜਾਈਏ ਵਨ ਡਾਇਰੈਕਸ਼ਨ ਬੈਂਡ ਸੀਗਾ ਪਰ ਬੈਂਡ ਤਾਂ ਤਾਂ ਹੁੰਦਾ ਨਾ ਜੇ ਹਰ ਬੰਦਾ ਕੋਈ ਜਿੱਦਾਂ ਬੈਂਡ ਲਾ ਲਾਤੋਂ ਬੈਂਡ ਕਿਹਾ ਕੋਈ ਗਿਟਾਰ ਵਜਾਉਂਦਾ ਹੋਵੇ ਕੋਈ ਇੱਕ ਚੀਜ਼ ਦੂਜੀ ਨੂੰ ਸਪੋਰਟ ਕਰਦੀ ਹੋਵੇ ਪਿਲਰ ਹੋਵੇ ਪਰ ਜੇ ਉਹ ਚ ਵੀ ਹੋਣਾ ਇੱਕ ਬੰਦਾ ਲਿਖਦਾ ਇੱਕ ਗਾਉਂਦਾ ਇੱਕ 뮤직 ਦਿੰਦਾ ਹਾਂ ਤੇ ਇਹ ਪਿਟਲੋਂ ਤੇ ਗੁਰਿੰਦਰ ਗੱਲ ਸੇਮ ਕੰਮ ਕਰਦੇ ਸੀ ਹੁਣ ਇਦਾਂ ਦਾ ਹੈ ਨੀਗਾ ਕਿ ਗੁਰਿੰਦਰ ਗੱਲ ਕੋ ਸਾਹਿਬ ਜੀ ਐਡ ਕਰ ਦਿੰਦਾ ਸੀ ਪਿਟਲੋਂ ਦੇ ਗਾਣੇ ਵਿੱਚ ਹਾਂ ਜੀ ਦੋ ਆਰਟਿਸਟ ਕੋਲਾਬ ਕਰਕੇ ਗਾਣਾ ਬਣਾ ਰਿਹਾ ਮੈਂ ਉਹਨਾਂ ਦੇ ਇੱਕ ਗਾਣਾ ਗਾਊਗਾ ਹਾਂ ਉਹਨਾਂ ਦੇ ਕੇਸ 'ਚ ਗੱਲ ਕਰ ਰਿਹਾ ਮੈਂ ਏਕੇ ਆਰਗਿਆਂ ਦੇ 'ਚ ਵੀ ਏਕੇ ਗਾਉਂਦਾ ਸੀਗਾ ਹੂੰ ਤੇ ਸੁਖੀ ਮੈਨੂੰ ਲੱਗਦਾ 뮤జిక్ ਡਾਇਰੈਕਟ ਕਰਦਾ ਸੀਗਾ ਪ੍ਰੋਡਿਊਸਰ ਤੇ ਹੁੰਦਲ ਹਾਂ ਤੇ ਹੁੰਦਲ ਭਾਈ ਉਹ ਲਿਖਦਾ ਸੀਗਾ ਹਨ ਤੇ ਮੈਨੂੰ ਲੱਗਦਾ ਉਹ ਦੋ ਜਿਹੜਾ ਗਰੁੱਪ ਜਦੋਂ ਟੁੱਟਿਆ ਨਾ ਉਹ ਤੇ ਉਹ ਚੀਜ਼ ਨੇ ਵੀ ਮੈਨੂੰ ਲੱਗਾ ਬਹੁਤ ਫਰਕ ਪਾਇਆ ਉਹ ਜਾਂ ਹੁਣ ਆਪ ਨੂੰ ਨਹੀਂ ਪਤਾ ਉਹ ਚੀਜ਼ਾਂ ਕੀ ਹੋਈਆਂ ਉਦੋਂ ਕਿਉਂਕਿ ਹਰ ਕੋਈ ਥੋੜੇ ਟਾਈਮ ਬਾਅਦ ਅਗਲਾ ਆਪ ਦਾ ਪਾਸੇ-ਪਾਸੇ ਹੋ ਜਾਂਦਾ ਅਗਲਾ ਆਪ ਦੇ ਇਹਦਾ ਹੈ ਸੋਲੋ ਜਾਣਾ ਚਾਹੁੰਦਾ ਬਾਅਦ ਚ ਨਾ ਇੱਕ ਵਾਰੀ ਜਦੋਂ ਬੰਦਾ ਚੜ ਜਾਂਦਾ ਜੋ ਵੀ ਪਰ ਵੀ ਆਪਣਾ ਪੁਆਇੰਟ ਇਹ ਸੀਗਾ ਵੀਡੀਓ ਦਾ ਵੀ ਵੀ ਕਿ ਇਹੋ ਚੀਜ਼ਾਂ ਵੀ ਮੈਟਰ ਕਰਦੀਆਂ ਆਂ ਇਸ ਦੀ ਲਾਈਫ 'ਚ ਵੀ ਜਿਵੇਂ ਜਿਵੇਂ ਅੱਜ ਕੱਲ ਕੋਈ ਗਲਤੀ ਕਰਦਾ ਮਾਫੀ ਮੰਗ ਕੇ ਅਗਲਾ ਭੁੱਲ ਜਾਂਦੇ ਆ ਨਾ ਨਹੀਂ ਭੁੱਲਦੇ ਮੈਨੂੰ ਨਹੀਂ ਲੱਗਦਾ ਮਾਫੀ ਮੰਨ ਕੇ ਕੋਈ ਵੀ ਭੁੱਲਦਾ ਹੂੰਤ ਨਹੀਂ ਪਰ ਉਹ ਦੇਖਿਆ ਉਹਦਾ ਉਹਦਾ ਇੰਟਰਨੈਟ ਵੀ ਇੰਨਾ ਨਹੀਂ ਸੀ ਮੈਂ ਤਾਂ ਸ਼ੌਕਿੰਗ ਲੱਗਾ ਇਹਨਾਂ ਵੀ ਇੰਟਰਨੈਟ ਇੰਨਾ ਨਹੀਂ ਸੀ ਫਿਰ ਵੀ ਉਹ ਕਿਉਂ ਇਸ ਇੰਟਰਵਿਊ 'ਚ ਜਿਹੜੀ ਮਾਫੀ ਵਾਲੀ ਇੰਟਰਵਿਊ ਆਈ ਸੀ ਉਸ ਬਾਈ ਕਹਿ ਰਿਹਾ ਵੀ ਵੀ ਐਂ ਕਰਕੇ ਵੀ ਜਿਹੜਾ ਫੇਸਬੁਕ ਤੇ ਲੋਕਾਂ ਨੇ ਉਹ ਚੀਜ਼ ਨੂੰ ਮੈਂ ਦਿਖਾਇਆ ਦਿਖਾਇਆ ਤਾਂ ਚਲੋ ਉਹੀ ਜੋ ਉਹਨੇ ਬੋਲਿਆ ਜੋ ਉਹਨੇ ਬੋਲਿਆ ਐਡਿਟ ਕਰਕੇ ਉਹ ਕੋਈ AI ਵੀ ਨਹੀਂ ਹੁੰਦਾ ਸੀ ਵੀ ਕਹਿਦੀ ਬਾਈ AI ਆ ਉਹ ਤੇ ਉਹ ਮਨ ਲੱਦਾ ਜਿਹੜਾ ਆਨਸਰ ਦਿੱਤਾ ਸੀ ਬਾਈ ਨੇ ਬਹੁਤ ਐਗਰੈਸ਼ਨ ਨਾਲ ਆਨਸਰ ਦਿੱਤਾ ਸੀ ਵੀ ਬਾਈ ਨੂੰ ਮਿਲ ਲੱਦਾ ਉਹ ਇੰਟਰਵਿਊਰ ਨੇ ਵੀ ਉਹ ਸਾਬ ਨਾ ਮਸਾਲਾ ਲੈਣ ਲਿਓ ਕੁਐਸਚਨ ਪੁੱਛ ਲਿਆ ਨਾ ਦੇਖ ਲਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇੰਟਰਵਿਊਰ ਕਿੱਥੇ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਨੋਬਾਡੀ ਸੀਗਾ ਪਰ ਦੇਖ ਲਾ ਬਾਈ ਦੇ ਕਰੀਅਰ ਤੇ ਮੈਂ 100% ਨਹੀਂ ਕਹਾਂਦਾ ਕਿ ਇੰਟਰਵਿਊ ਕਮੈਂਟ ਆਉਂਦਾ ਅਗਲਾ ਉਹ ਨੂੰ ਕਿਹੜ ਤੋ ਏਕੇ YouTube ਤੇ ਭਰ ਕੇ 30 ਰੁਪਏ ਦਾ ਉਹੀ ਡਾਟਾ ਪੈਕ ਏਕੇ YouTube ਤੇ ਭਰੇਗਾ ਏਕੇ ਦਿਨ ਅਗਲਾ ਉਹਦੇ ਨਾਮ ਤੋਂ ਬਾਅਦ ਜਿਹੜੀ ਅਗਲੀ ਸਰਚ ਆ ਰეკਮੈਂਡੇਡ ਸਰਚ ਆਉਂਦੀ ਆ ਏਕੇ 30 ਰੁਪੀਸ ਨੈਟ ਪੈਕ ਇਹ ਮਤਲਬ ਬੰਦੇ ਦੇ ਨਾਲ ਜੁੜ ਗਈ ਚੀਜ਼ ਨਾਲ ਕਹਿੰਦੇ ਆ ਵੀ ਉਹ ਬੰਦੇ ਦਾ ਉਹ ਜੋ ਕਲੰਕ ਬਣ ਕੇ ਬੰਦੇ ਦੇ ਨਾਲ ਜੁੜ ਜਾਂਦੀ ਹੈ ਚੀਜ਼ ਕੋਈ ਤੇ ਉਹੀ ਆ ਵੀ ਉਹ ਡਿਸਪਾਇੰਟਿੰਗ ਚੀਜ਼ ਆ ਵੀ ਬਾਈ ਦੇ ਕੈਰੀਅਰ ਹੈਡਸ ਬਾਤ ਅਗੜਾ ਮੈਨੂੰ ਤਾਂ ਇਹ ਚੀਤੇ ਹੈਰਾਨੀ ਹੁੰਦੀ ਹੈ ਕਿ 5 ਸਾਲ ਕੇ ਕਿਸੇ ਬੰਦੇ ਨੇ ਇੰਨੇ ਤਗੜੇ ਤਗੜੇ ਗਾਣੇ ਦਿੱਤੇ ਹੋਣਾ ਹੁਣ ਮੈਂ ਗਾਣੇ 2012 ਤੋਂ ਮਤਲਬ 2012 ਚ ਆਇਆ ਸੀਗਾ ਮੁੰਡਾ ਆਈਫੋਨ ਵਰਗਾ 2013 ਚ ਆਇਆ ਸੀ ਦਾ ਲਾਸਟ ਲਾਈਫ ਕਰਦੇ ਕਰਾਉਂਦੇ ਅੱਗੇ ਜਾਰਡਨ ਵਰਗੇ ਗਾਣੇ ਆਏ ਬਾਈ ਟਰਾਈ ਕਰਦਾ ਸੀ ਟਰਾਈ ਨਹੀਂ ਬਾਈ ਨਵੀਆਂ ਨਵੀਆਂ ਚੀਜ਼ਾਂ ਕੀਤੀਆਂ ਸੀਗੀਆਂ ਗਾਣਾ ਆਪਾਂ ਆਪਾਂ ਆਈਫੋਨ ਮੁੰਡਾ ਆਈਫੋਨ ਵਰਗਾ ਉਹਦੇ ਲਿਰਿਕਸ ਲੀਕ ਹੋ ਗਏ ਸੀ ਗਾਣਾ ਆਉਣ ਤੋਂ ਪਹਿਲਾਂ ਖਾਂ ਤਾਂ ਸਟੋਰੀ ਪਤਾ ਮੈਨੂੰ ਬਾਅਦ ਚ ਹਾਂ ਵੀ ਉਹ ਬਾਅਦ ਚ ਉਹਨੇ ਗਾਣੇ ਚ ਵੀ کیا ਸੀ ਵੀ ਕੱਢਣਾ ਪਿਆ ਸਾਨੂੰ ਕਾਲੀ ਕਾਲੀ ਚ ਨਾ ਤੇ ਉਹ ਬਸ ਉਹੀ ਉਹੀ ਚੀਜ਼ਾਂ ਮਿਲ ਲੱਗਦਾ ਜਿਹੜੀ ਉਹ ਉਦੋਂ ਹਾਈਪ ਚੀਜ਼ ਬਣੀ ਸੀ ਕਿਉਂਕਿ ਚੀਜ਼ ਉਹ ਡਿਫਰੈਂਟ ਸੀਗੀ ਚੀਜ਼ ਡਿਫਰੈਂਟ ਸੀ ਚੀਜ਼ ਸੋਹਣੀ ਸੀਗੀ ਚੀਜ਼ 'ਚ ਮਿਹਨਤ ਕੀਤੀ ਵੀ ਸੀ ਤਾਂ ਉਹ ਚੱਲ ਗਿਆ ਹਨਾ ਉਹ ਇੱਕੋ ਲਿਰਿਕਸ ਨੂੰ ਨਾਮ ਬੰਦੇ ਦਾ ਸ਼ਕਲ ਮਿਲ ਗਈ ਵੀ ਹਾਂ ਵੀ ਇਹ ਬੰਦੇ ਦੇ ਗਾਣੇ ਹਨਾ ਇਹਨੇ ਗਾਏ ਆ ਤੇ ਨਹੀਂ ਪਰ ਮੈਂ ਆਪਣਾ ਬੇਸਿਕਲੀ ਵੀਡੀਓ ਬਣਾਉਂਦਾ ਉਹੀ ਸੀ ਵੀ ਆਪਾਂ ਡਿਸਕਸ ਕਰੀਏ ਚੀਜ਼ ਤੇ ਵੀ ਲੋਕਾਂ ਦੇ ਬਹੁਤ ਕੁਐਸਚਨ ਹੁੰਦੇ ਆ ਵੀ ਵੀ ਕੋਈ ਇੱਕ ਚੀਜ਼ ਤੁਹਾਡਾ ਕੈਰੀਅਰ ਬਰਬਾਦ ਕਰ ਸਕਦੀ ਹੈ ਕਿ ਨਹੀਂ ਵੀ ਹੁਣ ਹੁਣ ਆਪਾਂ ਕੋਈ ਕੰਮ ਕਰ ਰਹੇ ਆ ਹਨਾ ਵੀ ਆਪਾਂ ਜੇ ਕੋਈ ਕੋਈ ਉਹ ਜੀ ਕੰਟਰੋਵਰਸਟੀ ਵੀ ਤੁਸ ਤੁਹਾਨੂੰ ਕੈਨਸਲ ਹੀ ਕਰ ਦੇਣਾ ਉਸ ਚੀਜ਼ ਲਈ ਵੀ ਤੁਹਾਡਾ ਬਾਅਦ ਕੁਝ ਚੱਲੇ ਹੀ ਨਾ ਉਹ ਵੀ ਤਾਂ ਚੀਜ਼ ਕਿਤੇ ਨਾ ਕਿਤੇ ਗਲਤ ਹੈ ਨਾ ਵੀ ਬੰਦੇ ਨੇ ਚਲੋ ਕੁਝ ਕਹਿਤਾ ਬੰਦਾ ਮਾਫੀ ਮੰਗ ਲਈ ਵੀ ਆਹੀ ਆ ਵੀ ਆਪਣੇ ਆਪਣੀ ਕਮਿਊਨਿਟੀ ਚ ਹੁੰਦਾ ਜ਼ਿਆਦਾ ਇਹ ਵੀ ਕਿਸੇ ਚੀਜ਼ ਮਗਰ ਪਏ ਜਿਆਦਾ ਮਗਰ ਪਏ ਜਾਂਦੇ ਨਾ ਪਰਸਨਲ ਪਰਸਨਲ ਜਾ ਕੇ ਮਗਰ ਪਏ ਜਾਂਦੇ ਆਨ अगेन ਉਹ ਚੀਜ਼ ਅਨਡਿਫੈਂਡੇਬਲ ਆ ਹੁਣ ਦੇਖ ਲਾ ਉਹ ਚੀਜ਼ ਨੂੰ ਆਪਾਂ ਏਕੇ ਨੂੰ ਡਿਫੈਂਡ ਨਹੀਂ ਕਰ ਸਕਦੇ ਉਹ ਚੀਜ਼ ਬਹੁਤ ਗਲਤ ਬੋਲੇ ਪਰ ਉਹਨੂੰ ਕੈਨਸਲ ਕਰਨਾ ਇੱਕ ਬੰਦੇ ਨੂੰ ਕੈਨਸਲ ਕਰ ਦੇਣਾ ਉਹਦੀ 5 ਸਾਲਾਂ ਦੀ ਮਿਹਨਤ ਐਂ ਕਰ ਦੇਣੀ ਕੀ ਹਾਂ ਬਸ ਕੁਝ ਵੀ ਨਹੀਂ ਬਸ ਜਾ ਹਮ ਤੇ ਉਹ ਗੱਲ ਤਾਂ ਕਿਤੇ ਨਾ ਕਿਤੇ ਗੱਲ ਤਾਂ ਹੋ ਮੈਨੂੰ ਲੱਗਿਆ ਸੀਗਾ ਕਿਤੇ ਥੋੜੇ ਟਾਈਮ ਲਈ ਉਹ ਚੀਜ਼ ਹੋਣੀ ਆ ਵੀ ਟਾਈਮ ਦੇ ਨਾਲ ਲੋਕ ਉਦਾਂ ਹੀ ਨਾਰਮਲ ਹੋ ਜਾਣਗੇ ਪਰ ਆਈ ਡੋਨਟ ਨੋ 2017 ਤੋਂ ਬਾਅਦ ਡੋਰਾਂਸ ਰੱਬ ਤੇ ਉਹ ਗਾਣਾ ਉਹ ਗਾਣਾ ਉਹ ਮੈਨੂੰ ਤਾਂ ਸੋਲੋ ਕਿ ਨਾਲ ਸੀਗਾ ਹੁੰਦਲ ਜਾਂ ਬਲਿੰਗ ਇਹ ਨਹੀਂ ਸੀਗਾ ਯਾਰ ਮੈਨੂੰ ਇੰਨਾ ਨਹੀਂ ਪਤਾ ਪਰ ਗਾਣਾ ਬਹੁਤ ਸੋਹਣਾ ਸੀਗਾ ਗਾਣੇ ਦੇ ਲਿਰਿਕਸ ਬਹੁਤ ਸੋਹਣੇ ਸੀ ਗਾਣੇ ਦੇ ਹਾਂ ਉਹ ਯਾ ਤੇ ਉਸ ਤੋਂ ਬਾਅਦ ਹੁਣ ਦੇਖ ਲਾ 2023 ਚੱਲਦਾ ਤੇ 6 ਸਾਲ ਹੋ ਗਏ ਹਮ ਤੇ ਮੈਂ ਉਸ ਤੋਂ ਬਾਅਦ ਬਾਈ ਦੇ ਗਾਣੇ ਨਹੀਂ ਸੁਨੇ ਆਈ ਨੋ ਹਾਲੇ ਵੀ ਕਈ ਵਾਰੀ ਕੀ ਹੁੰਦਾ ਵੀ ਏਕੇ ਦਾ ਵੀ ਕਿਤੇ ਨਾ ਕਿਤੇ ਇੱਕ ਉਹ ਸੀਗਾ ਇੱਕ ਸਟਾਰਡਮ ਇਹੋ ਜੀ ਸੀਗੀ ਕਿ ਕੁੱਝ ਕ ਬੰਦੇ ਨੇ ਲਾਇਲ ਜਿਹੜੇ ਫੈਨ ਹੁੰਦੇ ਆ ਅਰਨ ਜ਼ਰੂਰ ਕੀਤੇ ਸੀਗੇ ਹਾਲੇ ਵੀ ਆਪਾਂ ਏਕੇ ਦੀ ਪੋਸਟ ਤੇ ਜਾਈ ਹਾਲੇ ਵੀ ਬਾਈ ਨਵੇਂ ਗਾਣੇ ਬਣਾਉਂਦਾ ਆਰਟਿਸਟ ਗਾਣੇ ਬਣਾਉਣਾ ਨਹੀਂ ਹਟਦਾ ਬਸ ਆਰਟਿਸਟ ਗਾ ਰਿਹਾ ਰਿਲੇਵੈਂਟ ਹੋਣੋਂ ਹਟ ਜਾਂਦੇ ਰਿਲੇਵੈਂਟ ਹੋਣੋਂ ਹਟ ਜਾਂਦੇ ਦੁਨੀਆ ਤੱਕ ਪਹੁੰਚਣੋਂ ਹਟ ਜਾਂਦੇ ਬਾਈ ਗਾਣੇ ਬਣਾਉਂਦਾ ਹੋਗਾ ਬਾਈ ਦਾ ਪਿਛਲੇ ਮਹੀਨੇ ਪਲਾਂ ਦੀ ਗਾਣਾ ਆਇਆ ਹੁਣ ਮੈਂ ਨਹੀਂ ਸੁਣਿਆ ਨਹੀਂ ਪਤਾ ਆਪ ਨੂੰ ਮੈਂ ਸਰ ਫੋਰਸਫੁਲੀ ਵੀਡੀਓ ਬਣਾਉਂਦਾ ਚੱਕਰ ਚ ਮੈਂ ਨਹੀਂ ਕਹੂੰਗਾ ਕਿ ਬਾਈ ਦਾ ਪਿਛਲੇ ਮਹੀਨੇ ਗਾਣਾ ਆਇਆ ਸੀ ਬਹੁਤ ਸਿਰਾ ਸੀ ਕਿਉਂਕਿ ਮੈਂ ਨਹੀਂ ਸੁਣਿਆ ਹੁਣ ਜਿਹੜੀ ਚੀਜ਼ ਰਿਲੇਵੈਂਟ ਹੁੰਦੀ ਆ ਉਦਾਂ ਪਾਪ ਹੁੰਦੀ ਆ ਬਹੁਤ ਜ਼ਿਆਦਾ ਸੋਹਣੀ ਹੁੰਦੀ ਆ ਆਪਾਂ ਨੂੰ ਉਦਾਂ ਹੀ ਸ਼ੋਅ ਆਣੀ ਆ ਜੇ ਬਾਈ ਕੋਈ ਐਡਾ ਐਕਸਟਰੋਡਨਰੀ ਗਾਣਾ ਬਣਾਵੀ ਦੇਵੇ ਤਾਂ ਆਪਾਂ ਨੂੰ ਸ਼ੋਅ ਬੰਦਾ ਫੀਲ ਕਿੱਦਾ ਕਰ ਰਿਹਾ ਹੂੰ ਹੂੰ ਕਿਸੇ ਵੀ ਆਰਟਿਸਟ ਦਾ ਜਦੋਂ ਡਾਊਨਫਾਲ ਹੋ ਸ਼ੁਰੂ ਹੋ ਜਾਏ ਕਹਿਣਾ ਬਹੁਤ ਸਖੰਦਾ ਕਮਬੈਕ ਨਹੀਂ ਹੁੰਦਾ ਕਮਬੈਕ ਨਹੀਂ ਹੁੰਦਾ ਉਹ ਜਾਣੀ ਹੁੰਦਾ ਹੁਣ ਜਦੋਂ ਬੰਦਾ ਉਹਵੇਂ ਫੀਲ ਨਹੀਂ ਕਰ ਰਿਹਾ ਆਬਾ ਹੂੰ ਬੰਦੇ ਦੇ ਉਹੀ ਹੈ ਨਾ ਬੰਦੇ ਦੇ ਦ ਵਰਡ ਉਹ ਹੁਣ ਆਪਾਂ ਨੂੰ ਰਾਈਟ ਵਰਡ ਨਹੀਂ ਆਪਾਂ ਯੂਜ਼ ਕਰ ਸਕਦੇ ਵੀ ਜਦੋਂ ਬੰਦੇ ਨਾਲ ਵੀ ਚੀਜ਼ ਹੋ ਜਾਂਦੀ ਹੈ ਨਾ ਬੰਦੇ ਦੇ ਦਿਮਾਗ ਤੇ ਉਹ ਚੀਜ਼ ਰਹਿੰਦੀ ਆ ਵੀ ਯਾਰ ਮੈਂ ਕੁਝ ਵੀ ਕਰਨਾ ਇਹਨਾਂ ਨੇ ਤਾਂ ਉਹੀ ਕਮੈਂਟ ਕਰਨੇ ਸਹੀ ਗੱਲ ਆ ਉਹ ਬੰਦਾ ਅਗਲਾ ਬਾਅਦ ਚ ਅਗਲਾ ਡੀਮੋਟੀਵੇਟ ਹੋ ਜਾਂਦਾ ਯਾਰ ਵੀ ਕੀ ਯਾਰ ਕੀ ਕੀ ਕਰੇ ਬੰਦਾ ਵੀ ਜੋ ਮੈਂ ਜਿੰਨਾ ਮਰਜ਼ੀ ਵਧੀਆ ਗਾ ਥੱਲੇ ਕਮੈਂਟ ਤੋਂ ਹੀ ਆਉਣੇ ਆ ਬਾਈ ਬਈ 30 ਰੁਪਿਆ ਵਾਲਾ ਨੈਟਵਰਕ ਕਿਵੇਂ ਪੋਈ ਨਾਲੇ ਗੱਲ ਵਹਿਮਾਂ ਜੇ ਕੋਈ ਕਹੇਗੀ ਕਿਸੇ ਨੂੰ ਕਮੈਂਟਾਂ ਤੋਂ ਉਹਨਾਂ ਚੀਜ਼ਾਂ ਤੋਂ ਫਰਕ ਨਹੀਂ ਪੈਂਦਾ ਫਰਕ ਪੈਂਦਾ ਬਾਈ ਜ਼ਰੂਰ ਪੈਂਦਾ ਕਿਉਂਕਿ ਆਰਟਿਸਟ ਅਗੇਨ ਗਾਣਾ ਬਣਾਉਂਦਾ ਸੁਣਨ ਵਾਲਿਆਂ ਲਈ ਚ ਸੁਣਨ ਵਾਲੇ ਪਰ ਬਈ ਉਹ ਰੈਲਮੈਂਟ ਚੀਜ਼ਾਂ ਕਰ ਰਿਹਾ ਤਾਂ ਗਾਉਣ ਵਾਲੇ ਦੀ ਲਾਈਕ ਮੋਟੀਵੇਸ਼ਨ ਮੋਰਲ ਜਿਹੜਾ ਡਾਊਨ ਜਾਂਦਾ ਜੇ ਤੁਸੀਂ ਪੰਜਾਬ ਚ ਕੰਮ ਕਰੋਗੇ ਤੁਹਾਨੂੰ ਕਮੈਂਟਾਂ ਨੂੰ ਤਾਂ ਚੱਲਣਾ ਹੀ ਪੈਣਾ ਕਿਉਂਕਿ ਜੇ ਤੁਹਾਨੂੰ ਜੇ ਤੁਹਾਡਾ ਕੰਮ ਵਧੀਆ ਤੁਹਾਨੂੰ 20% ਲੋਕ ਪਸੰਦ ਕਰਦੇ ਹਨ ਤੁਹਾਨੂੰ 80% ਰੈਂਡਮ ਬੰਦੇ ਨੇ ਗਾਣਾ ਹੀ ਗਣਿਆ ਭਾਵੇਂ ਥੋੜੀਆਂ ਦੋ ਤਿੰਨ ਵੀਡੀਓ ਵੇਖਣ ਤੋਂ ਬਾਅਦ ਤੁਹਾਡੇ ਫੈਨ ਬਣ ਜਾਣ ਇਨੀਸ਼ੀਅਲ ਚੀਜ਼ ਜਿਹੜਾ ਬੰਦਾ ਕਿਸੇ ਦੀ ਵੀਡੀਓ ਵੇਖਦਾ ਜਾਂ ਬੰਦੇ ਦਾ ਪਹਿਲਾ ਥਾਟ ਹੁੰਦਾ ਵੀ ਕੀ ਆ ਯਾਰ ਇਹ ਵਿਲੇ ਆ ਜਾਂ ਇਹਨਾਂ ਨੂੰ ਇਹਨਾਂ ਨੂੰ ਗਾਣਾ ਗੱਡਿਆ ਇਹਨਾਂ ਨੂੰ ਕਰਨ ਨਹੀਂ ਆਉਂਦਾ ਇਹਨਾਂ ਨੂੰ ਉਹ ਨਹੀਂ ਕੁਝ ਕਰਨਾ ਆਉਂਦਾ ਤੇ ਪਹਿਲਾ ਲੋਕਾਂ ਦਾ ਇਨੀਸ਼ੀਅਲ ਥਾਟ ਆ ਜੀ ਪੇਸ਼ੈਂਸ ਯਾਨੀ ਕਿ ਸਬਰ ਹੈ ਨਹੀਂ ਇਦਾਂ ਨਹੀਂ ਹੈਗਾ ਵੀ ਕੋਈ ਮਾੜੀ ਚੀਜ਼ ਦੇਖਿਆ ਤੂੰ ਪਰ ਕਹਿੰਨਾ ਚੱਲ ਸਾਡੇ ਵਰ ਆਪਾਂ ਕਿਹਾ ਨਾ ਸਕਿੱਪ ਕਰ ਦਿਓ ਹਣਾ ਸਕਿੱਪ ਨਹੀਂ ਕਰਦੇ ਖੜ ਕੇ ਯਾ ਕਮੈਂਟ ਟਾਈਪ ਕਰਾਂ ਪਹਿਲਾਂ ਸੋਚਣਾ ਕੀ ਬੋਲਣਾ ਕੀ ਨਹੀਂ ਫਿਰ ਕਮੈਂਟ ਟਾਈਪ ਕਰਨਾ ਤਾਂ ਗਲਤ ਬੋਲ ਕੇ ਬਸ ਅਗਲਾ ਆਪਦੇ ਘਰ ਨੂੰ ਤੇ ਆਪਦੇ ਘਰ ਨੂੰ ਕਮੈਂਟ ਕਰਨ ਵਾਲੇ ਨੂੰ ਯਾਦ ਨਹੀਂ ਰਹਿਣਾ ਮੈਂ ਕੀ ਕਮੈਂਟ ਕੀਤਾ ਤੇ ਪਿਛਲੀ ਵੀਡੀਓ ਤੇ ਹੁਣ ਜੋੜਾ ਬਣਾਉਂਦਾ ਜਿਨੇ ਗਾਣੇ ਬਣਾਉਣਾ ਜਿਨੇ ਕੁਝ ਵੀ ਕਰਨਾ ਉਹਨਾਂ ਤੋਂ ਗੱਲ ਜ਼ਰੂਰ ਯਾਦ ਰਹਿਣੀ ਹੈ ਨਾ ਉਹ ਬੰਦੇ ਦੇ ਦਿਮਾਗ ਵਿੱਚ ਵੀ ਮਿਹਨਤ ਉਹੀ ਗੱਲ ਆ ਤੇ ਇੱਕ ਇਹਨੂੰ ਤਾਂ ਜਿਹੜੀ ਸਾਹ ਦੀ ਬਾਈ ਨੂੰ ਬੈਕਲੈਸ਼ ਮਿਲੀ ਉਸ ਟਾਈਮ ਤੇ ਭਾਵੇਂ ਦੀ ਉਹ ਤੋਂ ਇੰਟਰਨੈਟ ਇੰਨਾ ਨਹੀਂ ਸੀਗਾ ਮੈਂ ਕਹਿੰਦਾ ਵੀ 2023 ਚ ਜੇ ਕੋਈ ਬੰਦਾ ਉਹ ਚੀਜ਼ ਕਰੇ ਤਾਂ ਕੀ ਹਾਲ ਕਰਨਾ ਉਹ ਤਾਂ ਬੁਰਾ ਹਾਲ ਹੈ ਅੱਜ ਕੱਲ੍ਹ ਤਾਂ ਲੋਕ ਬੜੇ ਡਿਫੈਂਸਿਵ ਆ ਹੁਣ ਲਾਈਵ ਹੋ ਗਈ ਕੋਈ ਸਿੰਗਰ ਐਦਾ ਬੋਲਦਾ ਨਹੀਂ ਕਿ ਛੇਦੀ ਕਿਤੇ ਕਿਸੇ ਜਿੰਨਾ ਹੁਣ ਇੰਟਰਨੈਟ ਚੱਲਦਾ ਜਿੰਨੇ ਲੋਕ ਇੰਟਰਨੈਟ ਤੇ ਜਿੰਨੀਆਂ ਉਦੋਂ ਤਾਂ ਫੇਕ ਆਈਡੀਆ ਵੀ ਇੰਨੀ ਨਹੀਂ ਬਣਦੀ ਸੀ ਉਦੋਂ ਨੰਬਰ ਤੇ ਇੱਕ ਆਈਡੀ ਇੱਕ ਨੰਬਰ ਤੇ ਇੱਕ ਆਈਡੀ ਬਣਦੀ ਸੀ ਮੈਨੂੰ ਲੱਗਦਾ ਹੂੰ ਹੂੰ ਹੁਣ ਦੇਖ ਲਾ ਕੀ ਹਾਲ ਹੋਣਾ ਸੀ ਅਜੋ ਤੇ ਟਾਈਮ ਜੋ ਚੀਜ਼ ਹੁੰਦੀ ਪਰ ਅਗੇਨ ਸੈਡ ਟੂ ਸੀ ਬਾਈ ਦਾ ਕਰੀਅਰ ਬਾਸ ਹੋਣਾ ਸਟਾਰਟ ਹੋਇਆ ਸੀ ਬਾਈ ਦੇ ਗਾਣੇ ਬਹੁਤ ਸੋਹਣੇ ਸੀਗੇ ਤੇ ਜਰੂਰ ਸਾਰਿਆਂ ਨੂੰ ਉਮੀਦਾਂ ਸੀਗੀਆਂ ਆਪਾਂ ਇਕੱਲੇ ਨਹੀਂ ਆ ਗਏ ਸਾਰੇ ਸੁਣਨ ਵਾਲਿਆਂ ਨੂੰ ਉਮੀਦਾਂ ਸੀਗੀਆਂ ਜਿੰਨਾ ਤਗੜਾ ਬਾਈ ਆਰਟਿਸਟ ਸੀਗਾ ਸੈਟ ਸੀ ਕਿ ਕਿਦਾਂ ਕਰੀਅਰ ਐਦਾਂ ਨਹੀਂ ਮੈਂ ਕਹਿੰਦਾ ਵੀ ਐਂਡ ਹੋ ਗਿਆ ਕਿਸੇ ਬੰਦੇ ਦਾ ਕਰੀਅਰ ਕਿਹਾ ਵੀ ਹਾਂ ਸਟਾਪ ਹੋ ਗਿਆ ਗੱਲ ਜ਼ਿਆਦਾ ਦਵਾਰਾ ਹੋ ਸਕਦਾ ਪਰ ਉਹ ਚੀਜ਼ ਦੀ ਪ੍ਰੋਬੈਬਿਲਟੀ ਬਹੁਤ ਘੱਟ ਹੁੰਦੀ ਆ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਪਰ ਆਪਾਂ ਹੋਪ ਕਰਦੇ ਆ ਕਿ ਬਾਈ ਜਿਵੇਂ ਵੀ ਹੁਣ ਕਰ ਰਿਹਾ ਲਾਈਵਸ ਬਹੁਤ ਵਧੀਆ ਕਰ ਰਿਹਾ ਤੇ ਹੋਪਫੁਲੀ ਬਾਈ ਤੋਂ ਵਧੀਆ ਬਣ ਜਾਣਾ ਪਰ ਲੈਸਨ ਵੀ ਆ ਵੀ ਜਿਹੜੇ ਨਵੇਂ ਆਰਟਿਸਟ ਆ ਰਹੇ ਆ ਜਾਂ ਕੋਈ ਵੀ ਆ ਨਾ ਜਾਂ ਵੀ ਬਹੁਤ ਸੋਚ ਸਮਝ ਕੇ ਬੋਲੋ ਜੇ ਤੁਹਾਨੂੰ ਪਬਲਿਕਸ ਹੁੰਦੀ ਆ ਵੀ ਤੁਸੀਂ ਜੋ ਕੁਝ ਵੀ ਕੋ ਸ਼ਾਹਬ ਜਿਹਾ ਕਹਤਾ ਉਹ ਚੀਜ਼ ਤੁਹਾਡੇ ਨਾਲ ਨਾਲ ਜੁੜ ਜਾਣੀ ਐ ਸਪੈਸ਼ਲੀ ਸਾਰਾ ਸਾਰੇ ਰੈਕਡ ਪਏ ਜਿਹੜੀ ਜਿਹੜੀ ਚੀਜ਼ ਜਿਹੜਾ ਲੈਸਨ ਗਲਤੀ ਨਹੀਂ ਸਿਖਾਉਣਾ ਉਹ ਕਿਸੇ ਦੇ ਬੋਲਿਆਂ ਕਿਸੇ ਦੇਖਿਆ ਕਿਸੇ ਨੇ ਤੇ ਇਸ ਨਾਲ ਆਪਾਂ ਕਰਦੇ ਵੀਡੀਓ ਨੂੰ ਐਂਡ ਤੇ ਆਪਾਂ ਬਾਈਨ ਕਰਦੇ ਬੈਸਟ ਆਫ ਲਕ ਵਿਸ਼ दैट्स ਇਟ ਕੁਝ ਕਹਿਣਾ ਹੋਰ ਮੈਂ ਆਈ ਕਹਿਣਾ ਵੀ ਕਮੈਂਟਸ ਚ ਵੀ ਵੀ ਆਡੀਅנס ਆਪਨ ਨੂੰ ਦੱਸੇ ਵੀ ਉਹਨਾਂ ਨੂੰ ਕੀ ਲੱਗਦਾ ਨਾ ਉਹਨਾਂ ਦੀ ਵੀ ਥੋੜੀ ਫੀਡਬੈਕ ਕੀ ਐ ਇਸ ਚੀਜ਼ ਤੇ ਵੀ ਕੀ ਲੱਗਦਾ ਵੀ ਬਾਈ ਦੇ ਨਾਲ ਇਦਾਂ ਵੀ ਕਿਉਂ ਹੋਇਆ ਜੋ ਅਸੀਂ ਗੱਲਾਂ ਡਿਸਕਸ ਕੀਤੀਆਂ ਵੀ ਤੁਸੀਂ ਕਿਤਨੇ ਕਦੇ ਐਗਰੀ ਕਰਦੇ ਹੋ ਡਿਸਐਗਰੀ ਕਰਦੇ ਹੋ ਤੇ ਆਪਦੇ ਫੇਵਰਟ ਬਾਈ ਦੇ ਤਿੰਨ ਗਾਣੇ ਵੀ ਜਰੂਰ ਦੱਸ ਦਿਓ ਮੈਂ ਆਪਦੇ ਚਲ ਮੈਂ ਪਹਿਲਾਂ ਦੱਸ ਦਿੰਦਾ ਮੇਰਾ ਨੰਬਰ 1 ਤੇ ਮੁੰਡਾ ਆਈਫੋਨ ਵਰਗਾ ਹੋਊਗਾ ਬਾਲੀ ਬੇਸਿਕ ਪਿਕ ਦਾ ਲਾਸਟ ਲਾਈਫ ਲਾਸਟ ਲਾਈਫ ਪਹਿਲੇ ਤੇ ਚੱਲੇ ਵੀ ਬੇਸਿਕ ਆ ਪਰ ਹੁਣ ਮੈਨੂੰ ਰਿਲੇਟੇਬਲ ਆਈ ਦੀ ਉਹ ਚੀਜ਼ ਆ ਦਾ ਲਾਸਟ ਲਾਈਫ ਪਹਿਲੇ ਤੇ ਮੇਰਾ ਦੂਜੇ ਨੰਬਰ ਤੇ ਉਹ ਗਾ ਮੁੰਡਾ ਆਈਫੋਨ ਵਰਗਾ ਤੀਜੇ ਨੰਬਰ ਤੇ ਉਹ ਡੋਰਾਸ ਰੱਬ ਦੇ ਜੋਰਡਨ ਗਾਣਾ ਵੀ ਸੋਹਣਾ ਸੀ ਪਰ ਜਦ ਮੀਨਿੰਗਫੁਲ ਗਾਣੇ ਦੀ ਗੱਲ ਕਰੀ ਤਾਂ ਦੂਜੇ ਤੋਂ ਟੇਕਓਵਰ ਕਰਦੇ ਆ ਤੇ ਨਹੀਂ ਗੁੱਡ ਡਿਸਕਸ਼ਨ ਓਕੇ